ਪਹਿਲਾਂ ਫਿਲਹਾਲ ਤਾਂ ਕੰਧਾਂ ਦੇ ਉੱਤੇ ਲਿਖਾਈ ਵੀ ਕਰਦੇ ਰਹੇ ਹਾਂ ਘਰਾਂ 'ਚ ਜਾ ਕੇ ਲਿਖਦੇ ਵੀ ਰਹੇ ਹਾਂ ਟਰਾਲੀਆਂ ਲਿਖਣੀਆਂ ਕੰਧਾਂ ਤੇ ਦੀਵਾਰਾਂ ਤੇ ਲਿਖਣਾ ਵੀ ਸੀ ਤੇ ਮਜਬੂਰੀ ਦੇ ਕਾਰਨ ਫਿਰ ਮੈਂ ਕੰਮ ਸਿੱਖਣ ਚੱਲਿਆ ਗਿਆ ਬਰਨਾਲੇ ਉੱਥੇ ਮੇਰੇ ਮਾਮਾ ਜੀ ਦਾ ਆਪਣਾ ਕੰਮ ਆ ਖੋਦਾ ਤੇ ਬਰਨਾਲੇ ਮੈਂ ਚੱਲਿਆ ਗਿਆ ਮੈਨੇ ਫਾਦਰ ਸਾਹਿਬ ਨੇ ਕਹਿੰਦੇ ਵੀ ਯਾਰ ਪੈਸੇ ਵੀ ਨਹੀਂ ਹੈਗੇ ਵੀ ਤੈਨੂੰ ਕਿਵੇਂ ਭੇਜੀਏ ਤੇ ਉਹਨਾਂ ਨੇ ਮੈਨੂੰ ਫਿਰ ਸਰਿਆ ਵੇਚ ਕੇ ਭੇਜਿਆ ਮਜਬੂਰੀ ਨਹੀਂ ਸੀ ਉਸ ਟਾਈਮ ਠੀਕ ਹੈ ਭਾਜੀ ਜੇ ਕੋਈ ਮਤਲਬ ਮਨੋਂ ਲਾ ਕੇ ਕੋਈ ਕੰਮ ਕਰਦੇ ਆ ਨਾ ਪ੍ਰਮਾਤਮਾ ਆਪਣੇ ਆਪ ਸਾਥ ਦਿੰਦਾ ਸਹੀ ਗੱਲ ਹੈ ਤੇ ਆਪਣਾ ਪ੍ਰਮਾਤਮਾ ਨੇ ਸਾਥ ਦਿੱਤਾ ਵੀਰ ਜੀ ਅੱਜ ਆਪਾਂ ਸ਼ੁਕਰ ਮਨਾ ਰਹੇ ਆ ਪ੍ਰਮਾਤਮਾ ਦਾ ਵੀ ਬਹੁਤ ਵਧੀਆ ਹੈ ਨਾ ਇੰਨਾ ਪ੍ਰੋਜੈਕਟ ਵੀ ਲੱਗ ਗਿਆ ਆਪਣਾ ਮਿਹਨਤ ਕਰਦੇ ਆ ਵੀਰ ਜੀ ਰੋਜ਼ ਮਿਹਨਤ ਕਰੀਦੀ ਆ ਕਈ ਬੰਦੇ ਕਹਿੰਦੇ ਨੇ ਜੀ ਸਾਡੇ ਹੱਥ ਖੜੇ ਨੇ ਜਿੱਥੇ ਹੱਥ ਖੜੇ ਨੇ ਜੀ ਉੱਥੇ ਅਸੀਂ ਬੈਠੇ ਆ ਠੀਕ ਹੈ ਤੁਹਾਡੇ ਬਾਦਲੇ ਵਾਲੀਆਂ ਸੱਤਾ ਨੂੰ ਵੀ ਅਸੀਂ ਕਵਰ ਕਰ ਦਾਂਗੇ ਤੇ ਤੁਹਾਡੇ ਰੂਮ ਨੂੰ ਅਸੀਂ ਵਧੀਆ ਟਾਪ ਦਾ ਬਣਾ ਦਾਂਗੇ। ਗਾਰੰਟੀ ਵਾਲਾ ਗਾ ਬਾਲ ਪੇਪਰ ਵੀ ਜੀ ਇਹ 15 ਸਾਲ ਦੀ ਗਾਰੰਟੀ ਦਿੰਨੇ ਆ ਅਸੀਂ। ਜਿਹੜੀ ਅਸੀਂ ਆਪਦੇ ਵੱਲੋਂ ਦਿੰਨੇ ਆ। ਨਹੀਂ ਤਾਂ ਫਿਲਹਾਲ ਅਗਲਾ ਕਹਿੰਦੇ ਸਾਨੂੰ ਅੱਗੇ ਅੱਧੇ ਬੰਦੇ 10 ਸਾਲ ਦੀ ਦਿੰਦੇ ਨੇ। ਕਿਉਂਕਿ ਲਾਉਣ ਦੇ ਡਿਪੈਂਡ ਆ ਅਸੀਂ ਫੁੱਲ ਪੇਸਟ ਕਰਕੇ ਲਾਉਨੇ ਆ। ਹਾਂਜੀ ਸਾਰੇ ਹੀ ਸਰੋਤਿਆਂ ਨੂੰ ਸਾਡੇ ਵੱਲੋਂ ਪਿਆਰਪਰੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ। ਅੱਜ ਆਪਾਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਏ ਆ ਇੱਕ ਨਵਾਂ ਜਿਹਾ ਵਿਸ਼ਾ ਲੈ ਕੇ ਜਿਸ ਤਰ੍ਹਾਂ ਕਿ ਆਪਾਂ ਜਾਣਦੇ ਆ ਸ਼ੁਰੂ ਤੋਂ ਕਲਾ ਜਿਹੜੀ ਉਹ ਇਨਸਾਨ ਦੇ ਵਿੱਚ ਕੁੱਟ-ਕੁੱਟ ਕੇ ਭਰੀ ਪਈ ਐ ਸੋ ਉਸ ਤੋਂ ਬਾਅਦ ਮਸ਼ੀਨੀ ਯੁੱਗ ਜਿਹੜਾ ਉਹ ਆ ਗਿਆ ਮਸ਼ੀਨੀ ਯੁੱਗ ਨੇ ਇਨਸਾਨ ਨੂੰ ਨਵੇਂ ਤਰੀਕੇ ਦੇ ਨਾਲ ਸੋਚਣ ਦੇ ਲਈ ਮਜਬੂਰ ਕਰ ਦਿੱਤਾ ਦੋਸਤੋ ਅੱਜ ਆਪਾਂ ਪਹੁੰਚੇ ਹੋਏ ਆ ਮਲੌਦ ਪਿੰਡ ਦੇ ਵਿੱਚ ਜ਼ਿਲ੍ਹਾ ਲੁਧਿਆਣੇ ਦੇ ਵਿੱਚ ਆਪਾਂ ਇਸ ਸਮੇਂ ਬੈਠੇ ਆਂ ਵੀਰ ਮਨਜੀਤ ਸਿੰਘ ਜੀ ਸਤਕਾਰ ਆਰਟ ਦੇ ਵਿੱਚ ਜਿਸ ਤਰ੍ਹਾਂ ਦੋਸਤੋ ਗੱਲ ਕਰੀਏ ਤਿਉਹਾਰਾਂ ਦਾ ਸੀਜ਼ਨ ਹੈ ਜੇ ਆਪਣੇ ਘਰ ਦੀਆਂ ਕੰਧਾਂ ਨੇ ਉਹ ਸਹੀ ਹਾਲਤਾਂ ਦੇ ਵਿੱਚ ਨਹੀਂ ਜੇ ਆਪਾਂ ਉਹਨਾਂ ਤੇ ਰੰਗ ਨਹੀਂ ਕਰਨਾ ਚਾਹੁੰਦੇ ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਖਾਸ ਹੋਵੇਗੀ ਆਪਾਂ ਬਾਈ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਨੇ ਇਹ ਮਸ਼ੀਨ ਆ ਜਿਹੜੀ ਮੈਂ ਕਹੂੰਗਾ ਤਰਸੀਮ ਨੂੰ ਬਾਈ ਨੂੰ ਵੀ ਮਸ਼ੀਨ ਦਿਖਾ ਦੇਖੋ ਫਲੈਕਸ ਜਿਹੜੇ ਉਹ ਕੱਢੇ ਜਾ ਰਹੇ ਨੇਗੇ ਤੇ ਇਹ ਮਸ਼ੀਨੀ ਜੁੱਗਾ ਜਿਹੜਾ ਅੱਜ ਦੇ ਸਮੇਂ ਦੇ ਵਿੱਚ ਆ ਚੁੱਕਿਆ ਤੇ ਇਹ ਬਾਲ ਪੇਪਰ ਨੇ ਜਿਹੜੇ ਆਪਾਂ ਜਦੋਂ ਕੰਧਾਂ ਤੇ ਲਗਾਉਨੇ ਆ ਤੇ ਕਮਰੇ ਦੀ ਦਿੱਖ ਜਿਹੜੀ ਹੋਰ ਵੀ ਸੋਹਣੀ ਹੋ ਸਕਦੀ ਹੈ ਹੁਣ ਤਿਹਾਰਾਂ ਦੇ ਸੀਜ਼ਨ ਮੌਕੇ ਕਾਫੀ ਭਾਰੀ ਛੂਟ ਹੈ ਜਿਹੜੀ ਬਾਈ ਜੀ ਵੱਲੋਂ ਦਿੱਤੀ ਗਈ ਹੈਗੀ ਬਾਕੀ ਬਾਈ ਦੇ ਨਾਲ ਗੱਲਬਾਤ ਕਰਦੇ ਹਾਂ ਕਦੋਂ ਤੋਂ ਇਹ ਕੰਮ ਦੇ ਵਿੱਚ ਆਏ ਨੇਗੇ ਬਾਈ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਛੇ ਕਾਲ ਵੀਰ ਜੀ ਬਾਈ ਜੀ ਆਪਣੇ ਬਾਰੇ ਐ ਦੱਸੋ ਕਿ ਆਪਾਂ ਕਦੋਂ ਤੋਂ ਕੰਮ ਦੇ ਵਿੱਚ ਆਗੇ ਬੀ ਜੀ ਮੈਂ 2008 ਤੋਂ ਲੈ ਕੇ ਅੱਜ ਤੱਕ ਮੇਰਾ ਹੁਣ ਚੱਲ ਰਿਹਾ 2008 ਤੋਂ ਲੈ ਕੇ ਮਸ਼ੀਨਾਂ ਆਪਣੇ ਓਪਨਿੰਗ ਕਰੀ ਸੀ ਸ਼ਾਪ ਦੀ ਇੱਥੇ ਮਲਾਉਤ ਦੇ ਵਿੱਚ ਪਟਿਆਲਾ ਬੈਂਕ ਦੇ ਕਰੀਬ ਗੱਲ ਕਰੀਏ ਬਾਈ ਜੀ ਮਸ਼ੀਨਾਂ ਤਾਂ ਚਲੋ ਬਾਅਦ ਦੇ ਵਿੱਚ ਆਈਆਂ ਨੇਗੇ ਪਹਿਲਾਂ ਆਪਾਂ ਕਿਸ ਤਰ੍ਹਾਂ ਕੰਮ ਆ ਜਿਹੜਾ ਉਹ ਕਰਦੇ ਸੀਗੇ ਕਿਉਂਕਿ ਉਦੋਂ ਤਾਂ ਬੁਰਸ਼ ਨਾਲ ਜਾਂ ਲਿਖਣਾ ਨਾ ਉਹ ਗੱਲਬਾਤ ਸੀਗੀ ਵੀਰ ਜੀ ਪਹਿਲਾਂ ਫਿਲਹਾਲ ਤਾਂ ਕੰਧਾਂ ਦੇ ਉੱਤੇ ਲਿਖਾਈ ਵੀ ਕਰਦੇ ਰਹੇ ਹਾਂ ਠੀਕ ਹੈ ਜੀ ਘਰਾਂ 'ਚ ਜਾ ਕੇ ਲਿਖਦੇ ਵੀ ਰਹੇ ਹਾਂ ਟਰਾਲੀਆਂ ਲਿਖਣੀਆਂ ਕੰਧਾਂ ਤੇ ਦੀਵਾਰਾਂ ਤੇ ਲਿਖਣਾ ਵੀਰ ਜੀ ਦੀਵਾਰਾਂ ਤੇ ਲਿਖਣ ਤੋਂ ਬਾਅਦ 'ਚ ਅਸੀਂ ਨੇ ਆਪਣਾ ਦੇਖਿਆ ਵੀ ਹੁਣ ਥੋੜਾ ਦੌਰ ਬਦਲ ਗਿਆ ਫਿਰ ਨੰਬਰ ਪਲੇਟਾਂ ਦਾ ਆ ਗਿਆ ਜੀ ਜੀ ਫਿਰ ਨੰਬਰ ਪਲੇਟਾਂ ਵਾਲੀ ਮਸ਼ੀਨ ਲਿਆਂਦੀ ਫਿਰ ਉਹਦੇ ਨਾਲ ਲੱਗੇ ਹੱਥੀ ਕਟਿੰਗ ਵੀ ਕੀ ਕਰੀਆ ਜੀ ਨੰਬਰ ਹੱਥ ਨਾਲ ਕਟਿੰਗ ਕਰਕੇ ਵੀ ਬਣਾਉਂਦੇ ਰਹੇ ਹਾਂ ਸਟicker ਵੀ ਬਣਾਉਂਦੇ ਰਹੇ ਹਾਂ ਜੀ ਅੱਜ ਪਰ ਦੌਰ ਮਸ਼ੀਨੀ ਯੋਗ ਹੈ ਵੀਰ ਜੀ ਉਹ ਇਨਸਾਨਾ ਬਦਲਣਾ ਪੈਂਦਾ ਠੀਕ ਹੈ ਜੀ ਕੋਈ ਵੀ ਹੈ ਨਾ ਜਦੋਂ ਆਪਾਂ ਨੂੰ ਸਮਾਂ ਲੱਗਦਾ ਉਸ ਟਾਈਮ ਇਨਸਾਨ ਬਦਲਦਾ ਹਾਂ ਇਹ ਬਦਲਣਾ ਪੈਂਦਾ ਤੇ ਹੁਣ ਮਸ਼ੀਨੀ ਯੋਗ ਹੈ ਜੀ ਹੁਣ ਆਪਾਂ ਨੇ ਇਸ ਕਰਕੇ ਮਸ਼ੀਨ ਲਾਈ ਹੋਈ ਆ ਠੀਕ ਹੈ ਫਲੈਕਸ ਪ੍ਰਿੰਟਿੰਗ ਵਾਲੀ ਬੜੀ ਲਾ ਲਈ ਸੀ ਆਪਾਂ ਨੇ ਮਸ਼ੀਨ ਤੇ ਹੁਣ ਬਾਲ ਪੇਪਰਾਂ ਦਾ ਟ੍ਰੈਂਡ ਚੱਲਦਾ ਉਹ ਬਾਲ ਪੇਪਰ ਵੀ ਆਪਾਂ ਹੁਣ ਡਿਸਕਾਊਂਟ ਰੇਟ ਤੇ ਲਾਉਨੇ ਆ ਬਿਲਕੁਲ ਤੇ ਇਹ ਦੱਸੋ ਬਾਈ ਜੀ ਆਪਾਂ ਬਾਲ ਪੇਪਰ ਕਿਹੜੀਆਂ ਕਿਹੜੀਆਂ ਕੰਦਾਂ ਤੇ ਲਗਾ ਸਕਦੇ ਆਂਗੀ ਜਿਵੇਂ ਵੀਰੇ ਆਪਾਂ ਦੇ ਘਰਾਂ 'ਚ ਜਿਵੇਂ ਜ਼ਿਆਦਾ ਤੌਰ 'ਤੇ ਸਲਾਬ ਆਉਂਦੀ ਆ ਹਾਂ ਕੰਧਾਂ ਜ਼ਿਆਦਾ ਖਰਾਬ ਨੇ ਜਾਂ ਆਪਾਂ ਵੈਸੇ ਵੀ ਲਵਾ ਸਕਦੇ ਆ ਅਗਲਾ ਕਹਿੰਦਾ ਵੀ ਯਾਰ ਵੀ ਜਿਸ ਤਰ੍ਹਾਂ ਆਪਾਂ ਕਹਿ ਦੀ ਹੈ ਨਾ ਵੀ ਆਪਣਾ ਥੋੜਾ ਘਰ ਵਧੀਆ ਲੱਗੇ ਇਸ ਕਰਕੇ ਵੀ ਲਵਾ ਸਕਦੇ ਆ ਬਾਕੀ ਜੇ ਆਪਣੇ ਘਰਾਂ 'ਚੋਂ ਰੰਗ ਨਹੀਂ ਖੱਟ ਰਿਹਾ ਉਹਦੇ ਲਈ ਵੀ ਬਹੁਤ ਵਧੀਆ ਹੈ ਕਿਉਂਕਿ ਇਸ ਸਲਾਬ ਤੋਂ ਵਧੀਆ ਰਹਿੰਦਾ ਵਾਲ ਪੇਪਰ ਆ ਨਾ ਜਿਹੜੀ ਚੀਜ਼ ਆ ਬਹੁਤ ਵਧੀਆ ਟਾਪ ਆ ਜੀ ਇਹ ਅੱਜ ਦਾ ਟ੍ਰੈਂਡ ਚੱਲਦਾ ਲੜੇ ਸਲਾਬ ਤੋਂ ਬੇਨਿਫਿਟ ਵੀ ਆ ਤੇ ਬਾਈ ਜੀ ਇਹ ਦੱਸੋ ਕਿ ਜਿਹੜੇ ਕਮਰੇ ਨੂੰ ਆਪਾਂ ਰੰਗ ਕੀਤਾ ਹੁੰਦਾ ਪਰ ਉਹ ਅੱਜ ਆਪਾਂ ਕਹਿੰਦੇ ਆ ਕਿ ਇਹਨੂੰ ਵਾਲਪੇਪਰ ਲਗਾਉਣਾ ਉਹ ਕਮਰੇ ਤੇ ਵੀ ਆਪਾਂ ਲਗਾ ਸਕਦੇ ਹਾਂ ਕੀ ਹਾਂਜੀ ਹਾਂ ਜਿਹੜੇ ਕਮਰੇ ਨੂੰ ਆਪਨੇ ਪਹਿਲਾਂ ਰੰਗ ਕਰਿਆ ਹੋਇਆ ਉਥੇ ਆਪਾਂ ਲਗਾ ਸਕਦੇ ਹਾਂ ਜਰੂਰ ਇੱਕ ਬਾਈ ਜੀ ਇਹ ਦੱਸੋ ਕਿ ਕਿੰਨਾ ਕੁ ਖਰਚਾ ਜਿਹੜਾ ਉਹ ਆ ਜਾਂਦਾ ਇਹਦਾ ਫੁੱਟ ਦਾ ਹਿਸਾਬ ਹੁੰਦਾ ਜਾਂ ਮੀਟਰ ਦਾ ਹਿਸਾਬ ਹੁੰਦਾਗਾ ਜੇ ਆਪਾਂ ਗੱਲ ਕਰੀਏ ਮਤਲਬ ਕਿ 10x12 ਦਾ ਕਮਰਾ ਹੁੰਦਾ ਨਾ ਉਹਦੇ ਤੇ ਕਿੰਨਾ ਖਰਚਾ ਆ ਜਾਂਦਾਗਾ ਤੁਸੀਂ 10 ਬਜ 12 ਦਾ ਖਰਚਾ ਮੰਨ ਕੇ ਚੱਲੋ ਜੀ ਤੁਹਾਡਾ ਕਮਰੇ ਦੇ ਆ ਜਾਣਾ 5500 ਰੁਪਏ ਖਰਚ ਆਊਗਾ ਜੀ ਸਾਡੇ ਵੱਲੋਂ 500 ਰੁਪਏ ਤੁਹਾਨੂੰ ਡਿਸਕਾਊਂਟ ਵੀ ਦਿੱਤਾ ਜਾਊਗਾ ਉਹਦੇ ਵਿੱਚੋਂ ਠੀਕ ਹੈ ਜੀ ਤੇ ਇਹ 10 ਰੁਪਏ ਤੋਂ ਲੈ ਕੇ 12 15 20 25 35 ਰੁਪਏ ਤੱਕ ਹੀ ਹੈਗੇ ਵੈਰਾਈਟੀ ਜੀ ਇਹ ਠੀਕ ਹੈ ਜੀ ਹਾਂਜੀ ਜਿਹੜੇ ਡਿਜ਼ਾਈਨ ਹੁੰਦੇ ਨੇਗੇ ਉਹ ਤੁਹਾਡੇ ਆਪਣੇ ਹੋਣਗੇ ਜਾਂ ਗ੍ਰਾਹਕ ਦੇ ਹੋਣਗੇ ਇਹ ਸਾਡੇ ਆਪਣੇ ਡਿਜ਼ਾਈਨ ਜੀ ਘੱਟੋ ਘੱਟ 5 ਜਾਂ 10000 ਸਾਡੇ ਲਵੇ ਡਿਜ਼ਾਈਨ ਪਿਆ ਜੀ ਜਿਹੜਾ 5000 ਆ ਜੀ ਉਹ ਡਿਜ਼ਾਈਨ ਤਾਂ ਰੂਮਾਂ ਦੇ ਵਿੱਚ ਲੱਗਣ ਵਾਲਾ ਹੀ ਆ 5000 ਡਿਜ਼ਾਈਨ ਆ ਜਿਹੜਾ ਸਤਾਂ ਵਾਲਾ ਪਿਆ ਸਾਡੇ ਲਵੇ ਠੀਕ ਹੈ ਜੀ ਤੁਸੀਂ ਆਪਣੀ ਚੁਆਇਸ਼ ਦਾ ਜਿਸ ਤਰ੍ਹਾਂ ਤੁਸੀਂ ਕਹੋਗੇ ਉਸ ਤਰ੍ਹਾਂ ਤੁਹਾਨੂੰ ਡਿਜ਼ਾਈਨ ਮਿਲ ਜੂਗਾ ਜੀ ਹਾਂਜੀ ਇਹ ਬਾਈ ਜੀ ਇਹ ਦੱਸੋ ਕਿ ਆਪਾਂ ਜਿਹੜੇ ਕਮਰੇ ਆ ਤੇ ਇਹ ਵਾਲ ਪੇਪਰ ਲਗਾਉਨੇ ਆ ਫਰਜ਼ ਕਰ ਲੋ ਬਹੁਤ ਸਾਰੇ ਘਰ ਇਸ ਤਰ੍ਹਾਂ ਦੇ ਨੇ ਕਿ ਲੈਂਟਰ ਵਾਲੇ ਨੇ ਬਹੁਤ ਸਾਰੇ ਘਰ ਇਸ ਤਰ੍ਹਾਂ ਦੇ ਨੇ ਕਿ ਉਹ ਬਾਲਿਆਂ ਦੀਆਂ ਛੱਤਾਂ ਵਾਲੇ ਨੇਗੇ ਬਾਲਿਆਂ ਦੀਆਂ ਛੱਤਾਂ ਵਾਲੇ ਤੇ ਕਿੰਨਾ ਖਰਚ ਆ ਜਾਂਦਾ ਤੇ ਦੂਸਰੇ ਤੇ ਕਿੰਨਾ ਕ ਆ ਜਾਂਦਾਗਾ ਦੇਖੋ ਜਿਵੇਂ ਬਾਲੇ ਦੀ ਸਤ ਹੁਣ ਤਾਂ ਕੋਈ ਲਗਾ ਨਹੀਂ ਰਿਹਾ ਵੈਸੇ ਆਪਾਂ ਲਾ ਰਹੇ ਹਾਂ ਜੀ ਜਿਵੇਂ ਬਾਦਲੇਆਂ ਦੀਆਂ ਸੱਤਾਂ ਵੀ ਲਕਾਉਣੀਆਂ ਹੋਣ ਉਹਨੂੰ ਵੀ ਅਸੀਂ ਪ੍ਰੇਮ ਦੇ ਉੱਤੇ ਫੈਟ ਕਰਕੇ ਉਹਨੂੰ ਅਸੀਂ ਕਵਰ ਕਰ ਦਨੇ ਆ ਜੀ। ਜੀ। ਕਈ ਬੰਦੇ ਕਹਿੰਦੇ ਨੇ ਜੀ ਸਾਡੇ ਹੱਥ ਖੜੇ ਨੇ ਜਿੱਥੇ ਹੱਥ ਖੜੇ ਨੇ ਜੀ ਉੱਥੇ ਅਸੀਂ ਬੈਠੇ ਆ। ਠੀਕ ਹੈ ਜੀ। ਤੁਹਾਡੇ ਬਾਦਲੇਆਂ ਦੀਆਂ ਸੱਤਾਂ ਨੂੰ ਵੀ ਅਸੀਂ ਕਵਰ ਕਰ ਦਾਂਗੇ। ਤੇ ਤੁਹਾਡੇ ਰੂਮ ਨੂੰ ਅਸੀਂ ਵਧੀਆ ਟੌਪ ਦਾ ਬਣਾ ਦਾਂਗੇ ਜੀ। ਕਿੰਨੇ ਏਰੀਆ ਦੇ ਵਿੱਚ ਫਿਰ ਤੁਸੀਂ ਪਹੁੰਚ ਹੈ ਜਿਹੜੀ ਉਹ ਕਰ ਸਕਦੇ ਹੋਗੇ ਕਿੱਥੇ ਤੱਕ ਜਾ ਸਕਦੇ ਹੋ ਆਪਾਂ ਮਲਾਉਤ ਦੇ ਵਿੱਚ ਬੈਠਿਆ ਲੁਧਿਆਣਾ ਜ਼ਿਲ੍ਹੇ ਵਿੱਚ। ਦੇਖੋ ਜੀ ਜਿਹੜਾ ਆਪਣੇ ਪੰਜਾਬ ਦਾ ਪੂਰਾ ਏਰੀਆ ਆਪਾਂ ਕੋਈ ਏਰੀਆ ਨਹੀਂ ਛੱਡਦੇ ਹੈਗੇ ਜਿੱਥੇ ਮਰਜ਼ੀ ਕੰਮ ਮਿਲ ਜੇ ਆਪਾਂ ਨੂੰ ਏਰੀਏ ਦੇ ਵਿੱਚ ਆਪਣਾ ਅਸੀਂ ਆਪਦਾ ਕੰਮ ਕਰਕੇ ਆਉਂਦੇ ਆ ਜੀ ਉੱਥੇ ਠੀਕ ਹੈ ਜੀ ਲਾ ਕੇ ਆਉਂਦੇ ਆ ਜਿੱਦਾਂ ਮਰਜ਼ੀ ਦੂਰ ਦਾ ਏਰੀਆ ਹੋਵੇ 60 70 ਕਿਲੋਮੀਟਰ 100 ਕਿਲੋਮੀਟਰ ਦੇ ਏਰੀਏ 'ਚ ਲਗਾਉਨੇ ਆਂ ਠੀਕ ਹੈ ਜੀ ਤੇ ਆਪਾਂ ਹੁਣ ਤੱਕ ਕੀ ਕੀ ਕੰਮ ਕਰ ਦਿਆਂਗੇ ਬਾਲ ਪੇਪਰਾਂ ਦੇ ਨਾਲ ਨਾਲ ਜਿ세 ਫਲੈਕਸ ਤਾਂ ਆਪਾਂ ਚਲੋ ਦੇਖ ਹੀ ਰਿਆਂਗੇ ਬਾਲ ਪੇਪਰ ਦੇ ਨਾਲ ਜੀ ਜੇਵੇਂ ਕੋਈ ਲੋਗੋ ਤਿਆਰ ਕਰਨਾ ਸੀ ਨੇ ਆਪਣਾ ਉਹ ਤਿਆਰ ਕਰਦੇ ਆਂ ਜੀ ਕੋਈ ਡਿਜ਼ਾਈਨਿੰਗ ਵਗੈਰਾ ਬੰਦਾ ਜੀ ਸਿੱਖਣਾ ਵੀ ਚਾਹੁੰਦਾ ਜੀ ਉਹ ਵੀ ਸਿਖਾਉਂਦੇ ਆਂ ਅਸੀਂ ਅਗਲਾ ਟਾਈਪਿੰਗ ਨਹੀਂ ਆਉਂਦੀ ਪੰਜਾਬੀ ਇੰਗਲਿਸ਼ ਕੋਈ ਵੀ ਆਪਣੇ ਡਿਜ਼ਾਈਨਿੰਗ ਨਹੀਂ ਆ ਰਿਹਾ ਉਹ ਬੰਦੇ ਨੂੰ ਅਸੀਂ ਟਾਈਪਿੰਗ ਸਿਖਾ ਸਕਦੇ ਆਂ ਤੇ ਲੋਗੋ ਵੀ ਬਣਾਉਂਦੇ ਆਂ ਮਨਜੀਤ ਬਾਈ ਜੀ ਆਪਾਂ ਗੱਲ ਕਰੀਏ ਉਮਰ ਦੇ ਵੀ ਕਾਫੀ ਤੁਸੀਂ ਮੰਨ ਲਾਦਾ 35 ਤੋਂ 36 ਸਾਲ ਦੇ ਹੋਵੋਗੇ ਨਾ ਹਾਂਜੀ ਹਾਂ ਵੀਰ ਜੀ ਮੇਰੀ ਉਮਰ ਇਸ ਟਾਈਮ ਹੈਗੀ 37 ਸਾਲ ਦੀ ਉਮਰ ਆ ਜੀ ਤੇ ਦੇਖਣ ਨੂੰ ਤੁਸੀਂ ਵੀ ਲੱਗਦਾ ਵੀ ਚੰਗੇ ਪੜੇ ਲਿਖੇ ਹੋਵੋਗੇ ਕੰਮਕਾਰ ਕਾਫੀ ਹੁੰਦਾ ਹੈ ਤੁਹਾਡਾ ਕੀ ਕਹਿਣਾ ਹੈ ਇਸ ਵਿਸ਼ੇ ਤੇ ਫਿਰ ਤੇ ਵੀਰ ਜੀ ਪੜੇ ਤਾਂ ਫਿਲਹਾਲ ਨਾ ਮੈਂ ਆਪਣੇ ਅੱਠ ਪਾਸ ਹੀ ਹੋਇਆ ਸੀਗਾ ਵੀਰ ਜੀ ਮੈਂ ਅੱਛਾ ਤੇ ਇਸ ਤੋਂ ਬਾਅਦ ਘਰ ਦੀਆਂ ਮਜਬੂਰੀਆਂ ਇਸ ਤਰ੍ਹਾਂ ਸੀਗੀਆਂ ਮਜਬੂਰੀਆਂ ਦੇ ਕਾਰਨ ਵੀਰ ਜੀ ਮੈਨੂੰ ਫਿਰ ਸਕੂਲ ਤੋਂ ਛੱਡਣਾ ਪਿਆ ਜੀ ਤੇ ਫਾਦਰ ਇੰਨਾ ਕੰਮ ਕਰਦੇ ਹੈ ਨਹੀਂ ਸੀ ਉਸ ਟਾਈਮ ਮਜਬੂਰੀ ਕਾਰਨ ਵੀਰੇ ਬਸ ਫਿਰ ਕੰਮ 'ਚ ਪੈ ਗਿਆ ਫਿਰ ਘਰਦਿਆਂ ਮੈਨੂੰ ਕੰਮ ਸਿੱਖਣ ਲੱਗਾ। ਵੀ ਉਹ ਕਹਿੰਦੇ ਵੀ ਜਿੰਮੇ ਮਰਜ਼ੀ ਕਰ ਮਜਬੂਰੀ ਐਨੀ ਸੀ ਕੋਈ ਕੰਮ ਕਰਨ ਵਾਲਾ ਹੈ ਨਹੀਂ ਸੀ ਬਾਈ ਮਗਰ ਤੇ ਮਜਬੂਰੀ ਦੇ ਕਾਰਨ ਫਿਰ ਮੈਂ ਕੰਮ ਸਿੱਖਣ ਚੱਲਿਆ ਗਿਆ ਬਰਨਾਲੇ। ਉੱਥੇ ਮੇਰੇ ਮਾਮਾ ਜੀ ਦਾ ਆਪਣਾ ਕੰਮ ਆ ਖੋਦ ਦਾ। ਤੇ ਬਰਨਾਲੇ ਮੈਂ ਚੱਲਿਆ ਗਿਆ ਮੈਨੇ ਫਾਦਰ ਸਾਹਿਬ ਨੇ ਕਹਿੰਦੇ ਵੀ ਯਾਰ ਪੈਸੇ ਵੀ ਨਹੀਂ ਹੈਗੇ। ਵੀ ਤੈਨੂੰ ਕਿਵੇਂ ਭੇਜੀਏ? ਤੇ ਉਹਨਾਂ ਨੇ ਮੈਨੂੰ ਫਿਰ ਸਰੀਆਂ ਵੇਚ ਕੇ ਭੇਜਿਆ। ਅੱਛਾ ਮਜਬੂਰੀ ਨਹੀਂ ਸੀ ਉਸ ਟਾਈਮ ਠੀਕ ਹੈ ਮਜਬੂਰੀ ਦੇ ਕਾਰਨ ਨਹੀਂ ਬਸ ਫਿਰ ਮੈਂ ਇਸ ਕੰਮ ਚ ਲੱਗ ਗਿਆ ਜੀ ਠੀਕ ਹੈ ਫਿਰ ਅੱਜ ਆਪਾਂ ਗੱਲ ਕਰੀਏ ਮਸ਼ੀਨ ਆਪਣੀ ਹੈ ਇਹ ਹਾਂਜੀ ਹਾਂ ਇਹਦੇ ਵਿੱਚ ਕਿਸੇ ਦਾ ਹਿੱਸਾ ਤਾਂ ਨਹੀਂ ਹੈਗਾ ਇਹ ਚ ਕਿਸੇ ਦਾ ਹਿੱਸਾ ਨਹੀਂ ਜੀ ਮੇਰੇ ਖੁਦ ਦੀ ਆਪਣੀ ਮਸ਼ੀਨਾਂ ਹੈ ਠੀਕ ਹੈ ਹੂੰ ਇਹ ਸਰੀਆ ਵੇਚ ਕੇ ਫਿਰ ਤੁਸੀਂ ਮਤਲਬ ਇਹ ਕਹਿ ਰਹੇ ਹੋ ਕਿ ਕੰਮ ਦੇ ਵਿੱਚ ਚਲੋ ਆ ਗਿਆ ਨਾ ਹਾਂਜੀ ਹਾਂ ਅੱਛਾ ਫਿਰ ਉਸ ਤੋਂ ਬਾਅਦ ਪਿੱਛੇ ਮੁੜ ਕੇ ਨਹੀਂ ਦੇਖਿਆ ਫਿਰ ਵੀ ਬਹੁਤ ਸ਼ੁਕਰ ਹੋਇਆ ਜੀ ਮਾਲਕ ਦਾ ਪਰਮਾਤਮਾ ਸਾਥ ਦਿੰਦਾ ਵੀ ਜੀ ਕਦੇ ਵੀ ਆਪਾਂ ਜੇ ਕੋਈ ਮਤਲਬ ਮਨੋਂ ਲਾ ਕੇ ਕੋਈ ਕੰਮ ਕਰਦੇ ਆ ਨਾ ਪ੍ਰਮਾਤਮਾ ਆਪਣੇ ਆਪ ਸਾਥ ਦਿੰਦਾ ਸਹੀ ਗੱਲ ਹੈ ਤੇ ਆਪਣਾ ਪ੍ਰਮਾਤਮਾ ਨੇ ਸਾਥ ਦਿੱਤਾ ਵੀਰ ਜੀ ਅੱਜ ਆਪਾਂ ਸ਼ੁਕਰ ਮਨਾ ਰਹੇ ਆ ਪ੍ਰਮਾਤਮਾ ਦਾ ਵੀ ਬਹੁਤ ਵਧੀਆ ਹੈ ਨਾ ਇੰਨਾ ਪ੍ਰੋਜੈਕਟ ਵੀ ਲੱਗ ਗਿਆ ਆਪਣਾ ਮਿਹਨਤ ਕਰਦੇ ਆ ਵੀਰ ਜੀ ਰੋਜ਼ ਮਿਹਨਤ ਕਰੀਦੀ ਆ ਤੇ ਕੰਮ ਦੀ ਗੱਲ ਕਰੀਏ ਬਾਈ ਜੀ ਇਹ ਫਿਰ ਆਪਣਾ ਗਰਮੀਆਂ ਸਰਦੀਆਂ ਦੇ ਵਿੱਚ ਚੱਲਦੀ ਰਹਿੰਦਾ ਜਾਂ ਥੋੜਾ ਬੋਤ ਇਹਨੂੰ ਦਿੱਕਤ ਵੀ ਆਉਂਦੀ ਆ ਰੁਕਦਾ ਵੀ ਕਿਤੇ ਜਾ ਕੇ ਦੇਖੋ ਵੀਰ ਜੀ ਆਪਾਂ ਹੁਣ ਪਹਿਲਾਂ ਸਮੇ ਦੀ ਗੱਲ ਕਰਕੇ ਛੱਡਿਆ ਨਾ ਜਿਵੇਂ ਸਮਾਂ ਹੁੰਦਾ ਵੀਰ ਜੀ ਉਦਾਂ ਚੱਲਣਾ ਪੈਂਦਾ ਤੇ ਕੋਣ ਜਦੋਂ ਠੰਡ ਆ ਜਾਂਦੇ ਆ ਉਦੋਂ ਥੋੜਾ ਜਿਹਾ ਕੰਮ ਘੱਟ ਜਾਂਦਾ ਰੇਕ ਲਈ ਮੇਰਾ ਕੱਲੇ ਦਾ ਨਹੀਂ ਰੇਕ ਦਾ ਘੱਟ ਜਾਂਦਾ ਤੇ ਹੁਣ ਥੋੜਾ ਜਿਹਾ ਦੀਵਾਲੀ ਕਰਕੇ ਜੋਰ ਆ ਵੀਰ ਜੀ ਦੌਰ ਆ ਹੂੰ ਤੇ ਹਾਂ ਜੀ ਹਾਂ ਤੇ ਹਾਰਾਂ ਕਰਨਾ ਵਾਲ ਪੇਪਰਾਂ ਦਾ ਚੱਲ ਰਿਹਾ ਹੁਣ ਕੰਮ ਤੇ ਆਪਣੇ ਘਰਾਂ ਚ ਲਗਾ ਰਹੇ ਆ ਹਨਾ ਠੀਕ ਹੈ ਹਾਂ ਜੀ ਤੇ ਕਿੰਨੇ ਕੁ ਚਿਰ ਦੀ ਗਰੰਟੀ ਲੈਣੇ ਹੁੰਨੇ ਆ ਬਾਈ ਜੀ ਬਾਲ ਪੇਪਰ ਦੀ ਵੀ ਕਿੰਨਾ ਸਮਾਂ ਚੱਲ ਜੂਗਾ ਗਰੰਟੀ ਵਾਲਾ ਆਗਾ ਬਾਲ ਪੇਪਰ ਵੀ ਜੀ ਇਹ 15 ਸਾਲ ਦੀ ਗਰੰਟੀ ਦਿੰਨੇ ਆ ਸੀ ਜਿਹੜੀ ਅਸੀਂ ਆਪਦੇ ਵੱਲੋਂ ਦਿੰਨੇ ਆ ਨਹੀਂ ਤਾਂ ਫਿਲਹਾਲ ਅਗਲਾ ਕਹਿੰਦੇ ਸਾਨੂੰ ਅੱਗੇ ਅੱਧੇ ਬੰਦੇ 10 ਸਾਲ ਦੀ ਦਿੰਦੇ ਨੇ ਕਿਉਂਕਿ ਲਾਉਣ ਦੇ ਡਿਪੈਂਡ ਆ ਅਸੀਂ ਫੁੱਲ ਪੇਸਟ ਕਰਕੇ ਲਾਉਨੇ ਆ ਠੀਕ ਹੈ ਜੀ ਅਸੀਂ ਦੀਵਾਰ ਨੂੰ ਫੁੱਲ ਪੇਸਟ ਕਰ ਲੈਣਾ ਫਿਰ ਉਹਦੇ ਉੱਤੇ ਪੇਸਟ ਕਰਦੇ ਆ ਜੀ ਉਹਦੇ ਕਰਕੇ 15 ਸਾਲ ਤੱਕ ਕਿਤੇ ਨਹੀਂ ਜਾਂਦਾ ਹੈਗਾ ਨਾ ਤੇ ਖਰਾਬ ਹੁੰਦਾ ਵੀਰ ਜੀ ਇਹ ਇੱਕ ਮਟੀਰੀਅਲ ਵਧੀਆ ਲਾਈਦਾ ਵੀਰ ਜੀ ਆਪਾਂ 15 ਰੁਪਏ ਪ੍ਰਾਈਸ ਵਾਲਾ ਲਵਾਓ ਇਹ ਬਹੁਤ ਵਧੀਆ ਬੈਸਟ ਕੁਆਲਿਟੀ ਇਹ ਤੇ ਮਿਲ ਜਾਂਦੀ ਆ ਆਪਾਂ ਨੂੰ ਤੇ ਫੁੱਲ ਪੇਸਟ ਮਿਲ ਜਾਂਦੀ ਆ ਠੀਕ ਹੈ ਤੇ ਬਾਕੀ 10 ਰੁਪਏ ਵਾਲਾ ਵੀ ਪਿਆ ਆ ਕੇ ਮੇਲੋ ਵੀਰ ਜੀ ਕੋਈ ਚੱਕਰ ਨਹੀਂ ਹੈ ਨਾ ਸ਼ਾਪ ਹੈ ਬੱਸ ਸਟੈਂਡ ਦੇ ਸਾਹਮਣੇ ਉੱਥੇ ਆ ਕੇ ਮੇਲੋ ਕੋਈ ਚੱਕਰ ਨਹੀਂ ਠੀਕ ਹੈ ਹਮ ਭਾਈ ਜੀ ਆਪਾਂ ਜੇ ਪਹਿਲਾਂ ਦੇ ਦੌਰ ਦੀ ਗੱਲ ਕਰੀਏ ਤਾਂ 15 ਸਾਲ ਪਹਿਲਾਂ ਆਪਾਂ ਹੱਥਾਂ ਦੇ ਨਾਲ ਮਤਲਬ ਕਿ ਕੰਦਾਂ ਤੇ ਜੇ ਆਪਾਂ ਕਹਿੰਦੀ ਆ ਲਿਖਦੇ ਸੀ ਹਨਾ ਜੋ ਕੁਝ ਕਰਦੇ ਸੀਗੇ ਉਹਦੇ ਮੁਕਾਬਲੇ ਅੱਜ ਦਾ ਜਿਹੜਾ ਜੋਗਾਗਾ ਕਿੰਨ ਕੀ ਉਹਦੇ ਵਿੱਚ ਫਰਕ ਹੈਗਾ ਉਦੋਂ ਕਿੰਨੀ ਕਮਿਹਨਤ ਦਾ ਮੁੱਲ ਮਿਲਦਾ ਸੀ ਅੱਜ ਕਿੰਨਾ ਕ ਮਿਲਦਾ ਇਸ ਦੀ ਮਿਹਨਤ ਦਾ ਮੋਲ ਆ ਜਿਹੜਾ ਹਨਾ ਇਹ ਆਪਣਾ ਦੇਖੋ ਪਹਿਲਾਂ ਵੇਸੇ ਪੈਸਾ ਘੱਟ ਸੀ ਹਨਾ ਪੈਸਾ ਘੱਟ ਸੀਗਾ ਚਾਹੇ ਮਨ ਤਾਂ ਸੰਤੁਸ਼ਟੀ ਵੱਧ ਸੀ ਹੁਣ ਥੋੜਾ ਜਿਹਾ ਦੌਰ ਦੇ ਹਿਸਾਬ ਨਾਲ ਭਜਨ ਅਠ ਵੱਧ ਆ ਹਾਂ ਥੋੜਾ ਜਿਹਾ ਹੁਣ ਸਮਾਂ ਬਦਲ ਗਿਆ ਦੌਰ ਹੁਣ ਭਜਨ ਅਠ ਵੱਧ ਹੋ ਗਈ ਪਹਿਲਾਂ ਘੱਟ ਪੈਸੇ ਨਾਲ ਵੀ ਸੰਤੁਸ਼ਟੀ ਸੀ ਹੁਣ ਮਤਲਬ ਪੈਸੇ ਵਧਣੇ ਇਹੀ ਜੀ ਗੱਲ ਨਹੀਂ ਕੋਈ ਚੱਕਰ ਨਹੀਂ ਐਸੇ ਬਹੁਤ ਹੈ ਵਧੀਆ ਹੈ ਪਰ ਪਹਿਲਾਂ ਵੀ ਟਾਈਮ ਪਾਸ ਹੋ ਰਿਹਾ ਸੀ ਹੁਣ ਵੀ ਹੋ ਰਿਹਾ ਹੈ ਨਾ ਵੀ ਹੁਣ ਬਹੁਤ ਵਧੀਆ ਹੁਣ ਸ਼ੁਕਰ ਆ ਮਾਲਕ ਦਾ ਜਦ ਇਦਾਂ ਸੀਗਾ ਵੀ ਉਦੋਂ ਹਾਲਾਤ ਇਦਾਂ ਦੇ ਸੀ ਵੀਰ ਜੀ ਵੀ ਜਦੋਂ ਹੁਣ ਅਸੀਂ ਕਿਸੇ ਦੇ ਕੰਮ ਕਰਨ ਜਾਣਾ ਕੁੱਲ ਖਾਈ ਦਾ ਕੰਮ ਕਰਨ ਵਾਗੇ ਉਦੋਂ 2500 ਰੁਪਏ ਬਣ ਜਾਣਾ ਉਦੋਂ ਵੀ ਮਤਲਬ ਬਹੁਤ ਵਧੀਆ ਲੱਗਣਾ ਹੈ ਨਾ ਹੁਣ ਮਤਲਬ ਹੁਣ 1000 1500 ਰੁਪਏ ਬਣਾ ਲੈਣੇ ਕਈ ਘਰ 10000 ਰੁਪਏ ਕਰ ਲੈਣੇ ਕੰਮ ਦੇ ਵਿੱਚ ਹੁਣ ਮਤਲਬ ਉਦਾਂ ਵੀ ਉਹ ਟਾਈਮ ਪਾਸ ਹੋ ਜਾਂਦਾ ਠੀਕ ਹੈ ਜੀ ਹਾਂਜੀ ਹਰਕਤ ਤਾਂ ਪਿਆ ਹੀ ਹੈ ਹਰਕਤ ਤਾਂ ਪੈਂਦਾ ਜੀ ਹਾਂਜੀ ਹਾਂ ਤੇ ਆਪਣੀ ਮਸ਼ੀਨ ਬਾਰੇ ਦੱਸੂਗਾ ਕਿ ਕਿੰਨਾ ਰੁਪਇਆ ਲੱਗਿਆ ਤੁਹਾਨੂੰ ਦੁਕਾਨ ਪਾਉਣ ਤੇ ਮਸ਼ੀਨ ਤੋਂ ਲੈ ਕੇ ਕੰਪਿਊਟਰ ਵਗੈਰਾ ਜੇ ਆਪਣੇ ਕੋਲ ਆ ਕਾਫੀ ਸਮਾਨ ਪਿਆਗਾ ਹਾਂਜੀ ਹਾਂ ਤੇ ਇਹ ਜੋ ਪ੍ਰੋਜੈਕਟ ਹੈ ਵਿਜੀ ਘਟੋ ਘਟ ਮੇਰਾ 1.5 ਲੱਖ ਰੁਪਏ ਦੀਆਂ ਮਸ਼ੀਨਾਂ ਵਿਜੀ ਇਹ ਇਸ ਟਾਈਮ ਕੱਲੀ ਕੱਲੀ ਮਸ਼ੀਨ ਹਾਂਜੀ ਹਾਂ ਤੇ ਯੂਪੀਐਸ ਆ ਜੀ ਇਹ 7.5 ਲੱਖ ਰੁਪਏ ਦਾ ਯੂਪੀਐਸ ਆ ਤੇ ਬਾਕੀ ਕੰਪਿਊਟਰ ਵਗੈਰਾ ਲਗਾਏ ਹੋਏ ਨੇ ਹਨਾ ਜੀ ਤੇ ਬਹੁਤ ਵਧੀਆ ਜੀ ਹੁਣ ਕੁੱਲ 15 ਕਹ 15 ਲੱਖ ਰੁਪਏ ਵੀਜੀ ਲੱਗੀ ਜਾਂਦਾ ਇਸ ਤੇ ਠੀਕ ਹੈ ਜੀ ਹਾਂਜੀ ਹਾਂ ਤੇ ਅੱਜ ਕੰਮ ਫਿਰ ਆਪਣਾ ਹੈ ਆਪਣਾ ਕੰਮ ਆ ਜੀ ਹੁਣ ਬਹੁਤ ਸ਼ੁਕਰ ਆ ਜੀ ਉਹ ਵੀ ਦੌਰ ਸੀਗਾ ਪਹਿਲਾਂ ਵਾਲੇ ਸਮੇਂ ਨੂੰ ਦੇਖ ਕੇ ਹੁਣ ਬਹੁਤ ਫਰਕ ਪੈ ਗਿਆ ਜੀ ਬਹੁਤ ਵਧੀਆ ਲੱਗ ਰਿਹਾ ਹੁਣ ਪਹਿਲਾਂ ਵੀ ਟਾਈਮ ਸੀਗਾ ਹੁਣ ਵੀ ਟਾਈਮ ਆ ਜੀ ਜੀ ਹਾਂਜੀ ਤੇ ਅਖੀਰ ਦੇ ਵਿੱਚ ਬਾਈ ਜੀ ਤੁਹਾਡੇ ਨਾਲ ਗੱਲਬਾਤ ਕਰਦੇ ਆ ਪੁੱਛਣਾ ਚਾਹੁੰਨੇ ਆਂਗੇ ਤੁਹਾਡਾ ਨਾਮ ਤਾਂ ਮਨਜੀਤ ਸਿੰਘ ਆ ਤੇ ਹਨਾ ਵੀ ਆਪਾਂ ਦੁਕਾਨ ਦਾ ਨਾਮ ਸਤਕਾਰ ਆਰਟਸ ਕਿਉਂ ਰੱਖਿਆ ਕੀ ਤੁਹਾਡੇ ਬੱਚੇ ਦਾ ਨਾਮ ਆ ਜਾਂ ਪਰਿਵਾਰ ਦੇ ਵਿੱਚ ਕੋਈ ਹੋਰ ਨਾਮ ਦਾ ਹਾਂਜੀ ਵੀਰ ਜੀ ਸਤਕਾਰ ਆਰਟਸ ਮੈਂ ਜੀ ਇਸ ਕਰਕੇ ਰੱਖਿਆ ਸੀ ਨਾ ਇਹ ਮੈਂ ਬਾਬਾ ਹਰਦੇਵ ਸਿੰਘ ਜੀਆ ਤੋਂ ਮਤਲਬ ਲਿਆ ਸੀ ਨਾਮ ਇਹ ਵੀ ਸਤਕਾਰ ਗੁਰੂ ਦਾ ਕਰਨਾ ਹੈ ਤਾਂ ਹਰ ਇੱਕ ਦਾ ਸਤਕਾਰ ਕਰੋ ਇਸੇ ਕਰਕੇ ਵੀਰੇ ਸਤਕਾਰ ਆਰਟਸ ਮੇਰਾ ਨਿਕਨੇਮ ਵੀ ਆ ਤੇ ਨਾਮ ਮਨਜੀਤ ਸਿੰਘ ਆ ਪੱਕਾ ਨਾਮ ਮੇਰਾ ਠੀਕ ਹੈ ਤੇ ਇਸੇ ਕਰਕੇ ਮੈਂ ਦੁਕਾਨ ਦਾ ਨਾਮ ਰੱਖਿਆ ਸੀਗਾ ਤੇ ਅਖੀਰ ਦੇ ਵਿੱਚ ਇਸ ਤਰ੍ਹਾਂ ਦੱਸੋ ਬਾਈ ਜੀ ਜਿਹੜੇ ਵੀਰ ਤੁਹਾਡੇ ਤੋਂ ਇਹ ਕੰਮ ਕਰਾਉਣਾ ਚਾਹੁੰਦੇ ਨੇ ਸੰਪਰਕ ਕਰ ਸਕਦੇ ਨੇ ਹਾਂਜੀ ਹਾਂ ਵੀਰ ਜੀ ਜਰੂਰ ਮੇਰਾ ਨੰਬਰ ਨੋਟ ਕਰ ਲੈਣ ਬਾਈ 98145 83793 98142 83799 ਤੇ ਅਖੀਰ ਦੇ ਵਿੱਚ ਇਹ ਵੀ ਦੱਸੋ ਹੁਣ ਜਾਂਦੇ ਜਾਂਦੇ ਕਿ 500 ਰੁਪਏ ਆਪਾਂ ਛੂਟ ਕਰਦੇ ਆ ਉਹ ਕਿੰਨਾ ਕੁ ਟਾਈਮ ਚੱਲੂਗੀ ਛੂਟ ਇਹ ਵੀਰ ਜੀ ਦੀਵਾਲੀ ਤੱਕ ਆਫਰ ਆ ਇਹ 1 ਮਹੀਨੇ ਦਾ ਆਫਰ ਆ ਗਈ ਵੀ ਜੇ ਇਹ ਅਗਲੇ ਮਹੀਨੇ ਤੋਂ ਆਫ ਹੋ ਜਾਣਾ ਠੀਕ ਹੈ ਹਾਂਜੀ ਫਿਰ ਆਪਾਂ ਪੂਰੇ پیسے ਲਵਾਂ ਹਾਂਜੀ ਹਾਂ ਜੋ ਆਪਣਾ ਰੇਟ ਚੱਲਦਾ ਉਹੀ ਰਵਾਂਗੇ ਜੀ ਠੀਕ ਹੈ ਹਾਂਜੀ ਧੰਨਵਾਦ ਬਾਈ ਜੀ ਗੱਲਬਾਤ ਕਰਕੇ ਬਈ ਲੱਗਿਆ ਸ਼ੁਭ ਕਾਮਨਾਵਾਂ ਦਿੰਨੇ ਆ ਕਿ ਤੁਸੀਂ ਹੋਰ ਵੀ ਬੁਲੰਦੀਆਂ ਵੱਲ ਜਾਓ ਤਰਕੀਆਂ ਵੱਲ ਜਾਓ ਬਹੁਤ ਵਧੀਆ ਬਾਈ ਜੀ ਬਹੁਤ ਧੰਨਵਾਦ ਜੀ ਤੁਹਾਡਾ ਹਾਂਜੀ ਸੋ ਵੀਰੋ ਬਾਈ ਨੂੰ ਸੇਵਾ ਦਾ ਮੌਕਾ ਜ਼ਰੂਰ ਦਿਓ ਕਿਉਂਕਿ ਜ਼ਮੀਨ ਤੋਂ ਉੱਠ ਕੇ ਇੱਥੇ ਤੱਕ ਮਤਲਬ ਕਿ ਆਏ ਨਗੇ ਤੋ ਆਪਣੇ ਕੰਮ ਨੂੰ ਬਾਈ ਨੇ ਵਧਾਇਆ ਵੀ ਆ ਇਹੀ ਕਹਾਂਗੇ ਕਿ ਬਾਈ ਤੋਂ ਵੱਧ ਵੱਧ ਕੰਮ ਕਰਾਓ ਤੇ ਆਪਣੇ ਘਰ ਦੀਆਂ ਛੱਤਾਂ ਨੂੰ ਚਿਪਕਾਓ ਕੰਧਾਂ ਨੂੰ ਚਮਕਾ ਲਓ ਧੰਨਵਾਦ